ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਅਸੀਂ ਅਸਲ ਵਿੱਚ ਮੌਜੂਦ ਹਾਂ ਉਸ ਪੀੜਿਤ ਪਰਿਵਾਰ ਦੇ ਕਰਦੇ ਜਿਸ ਦੀ 6 ਸਾਲ ਦੀ ਬੇਟੀ ਦੇ ਨਾਲ ਜਦ ਬਚਨਾ ਕੀਤਾ ਉਸ ਤੋਂ ਬਾਅਦ ਨੂੰ ਜਲਾ ਕੇ ਉਸ ਦੀ ਖਤਿਆ ਕਰ ਦਿੱਤੀ ਗਈ ਤੇ ਇਸ ਪੀੜਿਤ ਪਰਿਵਾਰ ਨਾਲ ਮਿਲਣ ਦੇ ਲਈ ਅੱਜ ਸਰਵਜੀਤ ਕੌਰ ਮਾਨੋਕੇ ਆਏ ਨੇ ਆਮਦ ਪਾਰਟੀ ਤੋਂ ਸੀ ਇਹਨਾਂ ਨੇ ਵੀ ਕਲਬਤ ਕਰਦੇ ਆ ਮਾਨੋਕੇ ਮੈਡਮ ਤੁਸੀਂ ਅੱਜ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਮਿਲਣ ਆਏ ਹੋ ਕੀ ਤੁਹਾਨੂੰ ਪਤਾ ਲੱਗਾ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਹਸਲੇ ਦੇ ਪ੍ਰੋਬਲਮਸ ਵਿੱਚੋਂ ਗੁਜ਼ਰ ਰਿਹਾ ਹੈ ਪਰਿਵਾਰ ਮੈਂ ਕੱਲ ਜਦੋਂ ਇਹਦੇ ਖਬਰ ਬਾਰੇ ਪੜਿਆ ਉਸ ਤੋਂ ਬਾਅਦ ਮੇਰੀ ਡਿਬੇਟ ਸੀ ਸੀ ਲੀਵਿੰਗ ਇੰਡੀਆ ਚੈਨਲ ਤੇ ਜਿੱਥੇ ਮੈਂ ਅੱਜ ਤੁਸੀਂ ਦੇਖ ਸਕਦੇ ਮੇਰੇ ਗੂਸਪੰ ਰੂ ਲੂ ਕੰਡੇ ਖੜੇ ਹੋ ਰਹੇ ਆ ਕਿਉਂਕਿ ਮੈਂ ਇੱਕ ਮਾਂ ਵੀ ਆ ਨੇਤਾ ਹੋਣਾ ਤਾਂ ਵੱਧ ਦੀ ਗੱਲ ਆ ਇੱਕ ਔਰਤ ਵੀ ਆ ਤੇ ਮੈਂ ਦੋਨਾਂ ਪੀੜਾਂ ਨੂੰ ਸਮਝ ਸਕਦੀ ਆ ਇੱਕ ਧੀ ਦਾ ਦਰਦ ਇੱਕ ਔਰਤ ਦਾ ਦਰਦ ਸਾਡੀ 5 ਸਾਲ ਦੀ ਬੱਚੀ 5 6 ਸਾਲ ਦੀ ਬੱਚੀ ਜਿਹੜੇ ਦਰਦ ਚੋਂ ਗੁਜ਼ਰ ਕੇ ਤਾਰ-ਤਾਰ ਹੋ ਕੇ ਉਹਦੇ ਸਰੀਰ ਗਿਆ ਉਹ ਵਾਕਈ ਸਾਡੇ ਪੰਜਾਬ ਵਾਸਤੇ ਸ਼ਰਮ ਵਾਲੀ ਗੱਲ ਆ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਜਿਸ ਤਰ੍ਹਾਂ ਉਹਦੇ ਪਰਿਵਾਰ ਨੇ ਰਲ ਮਿਲ ਕੇ ਉਹ ਬੱਚੀ ਨੂੰ ਬਜਾਏ ਇਸ ਤੇ ਵੀ ਆਪਦੇ ਗੰਦੀ ਔਲਾਦ ਤੇ ਥੱਪੜ ਮਾਰਦੇ ਮੂੰਹ ਤੇ ਵੀ ਤੂੰ ਕਰ ਕੀ ਦਿੱਤਾ ਤੈਨੂੰ ਚੱਕ ਕੇ ਥਾਣੇ ਅਸੀਂ ਖਿੱਚ ਕੇ ਲੈ ਕੇ ਜਾਂਦੇ ਹਾਂ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਇੱਕ ਪੰਜਾਬ ਦੇ ਵਿੱਚ ਗੁਨਾਹ ਉਦੋਂ ਤੱਕ ਹੋਣਗੇ ਜਦੋਂ ਤੱਕ ਅਸੀਂ ਆਪਦੇ ਬੱਚਿਆਂ ਨੇ ਗੁਨਾਹ ਪਬਲਿਕ 'ਚ ਨਹੀਂ ਲੈ ਕੇ ਜਾਂਦੇ ਤੁਸੀਂ ਇੱਕ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੇਰੀ ਇਸ ਭੈਣ ਦੇ ਘਰ ਇੱਕ ਅਧਿਆਪਕ ਵਰਗ ਦਾ ਬੰਦਾ ਆ ਕੇ ਕਹਿ ਰਿਹਾ ਵੀ ਉਸ ਜਗ੍ਹਾ ਤੇ ਕੁੜੀ ਦੀ ਲਾਸ਼ ਸੜੀ ਪਈ ਹੈ ਲੈ ਚੋ ਆ ਕੇ ਇੱਕ 5-6 ਸਾਲ ਦੀ ਬੱਚੀ ਆਪਦੇ ਆਪ ਨੂੰ ਅੱਖ ਨਹੀਂ ਲਗਾ ਸਕਦੀ ਇਹਦਾ ਮਤਲਬ ਜਿਹੜੇ ਮਰਜੀ ਮੈਂਬਰ ਨੇ ਆਪਦੇ ਬੱਚੇ ਦੀ ਨਲਾਇਕੀ ਆਪਦੇ ਬੱਚੇ ਦੀ ਦਰਿੰਦਗੀ ਛਪਾਉਣ ਦੇ ਲਈ ਇੱਕ ਬੇਸ਼ਿਆਨਾ ਕਾਰਵਾਈ ਕੀਤੀ ਆ ਇਹ ਬਿਲਕੁਲ ਉਸ ਬੰਦੇ ਦੇ ਲਈ ਲਾਣਤ ਆ ਕਿਉਂਕਿ ਮੈਂ ਜੇ ਕਮਾਂ ਜੇ ਵੱਡਾ ਬੰਦਾ ਉਹਨੂੰ ਸ਼ਹਿ ਦਿੰਦਾ ਤੇ ਛੋਟਾ ਬੱਚਾ ਕਰਾਈਮ ਕਰਦਾ ਜੇ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਪਈ ਹੈ ਸਰਕਾਰ ਨੇ ਜਿਹੜਾ ਮੌਜੂਦਾ ਜਿਹੜਾ ਐਲਾਨ ਕੀਤਾ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਆਏ ਹੋ ਤੁਹਾਡੇ ਵੱਲੋਂ ਕਿਸ ਤਰੀਕੇ ਦੇ ਜਿਹੜੀ ਸਹਾਇਤਾ ਜਾਂ ਮਦਦ ਇਸ ਪੀੜਤ ਪਰਵਾਰ ਦੇ ਲਈ ਕੀਤੀ ਜਾਏਗੀ ਦੇਖੋ ਜੀ ਅਸੀਂ ਕੱਲ ਤੋਂ ਲੈ ਕੇ ਅੱਜ ਤੱਕ ਅਸੀਂ ਇਹਨਾਂ ਦੇ ਨਾਲ ਆ ਸਾਡੇ ਬੰਦੇ ਜਿਹੜੇ ਪਿੱਛੇ ਖੜੇ ਆ ਦੇਖ ਲਓ ਇੱਥੇ ਆ ਮੈਂ ਪਾਰਟੀ ਦੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਬੇਨਤੀ ਕਰਦੀ ਹਾਂ ਤੁਹਾਨੂੰ ਇੱਕ ਮਾਂ ਦਾ ਗੱਲ ਹੈ ਪਾਰਟੀਆਂ ਤਾਂ ਬਾਤ ਦੀ ਗੱਲ ਹੈ ਦੂਸਰੀ ਗੱਲ ਸਰਕਾਰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਦਵੇ ਅਸੀਂ ਕਾ ਉਸ ਟਾਈਮ ਮੇਰੀ ਪੁਲਿਸ ਡਿਪਾਰਟਮੈਂਟ ਨਾਲ ਵੀ ਗੱਲ ਚੱਲ ਰਹੀ ਆ ਜਿਸ ਜਗ੍ਹਾ ਤੇ ਵੀ ਸਾਡੀ ਲੋੜ ਹੋਵੇਗੀ ਅਸੀਂ ਮੂਰੇ ਹੋ ਕੇ ਖੜਾਂਗੇ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਈ ਇਹਦੇ ਐਕਟਸ ਦੀ ਇਹਦੀ ਧਾਰਾ ਦੀ ਜਿਹੜੀ ਸਟਰੋਂਗ ਕਰਨ ਦੀ ਗੱਲ ਲੋੜ ਪਈ ਅਸੀਂ ਉੱਥੇ ਦਿਨ ਰਾਤ ਮਿਹਨਤ ਕਰਾਂਗੇ ਮੈਂ ਡਿਪਟੀ ਲੀਡਰ ਵੀ ਆ ਵਿਧਾਨ ਸਭਾ ਦੇ ਵਿੱਚ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਦੇਖੋ ਬਹੁਤ ਅੱਛਾ ਲੱਗਿਆ ਵੀ ਚਲੋ ਇਹ ਦੁੱਖ ਦੀ ਘੜੀ ਚ ਖੜਨਾ ਵੀ ਚਾਹੀਦਾ ਹਾਥਰਾਸ ਵਰਗੀ ਘਟਨਾ ਦੇ ਵਿੱਚ ਹਾਥਰਾਸ ਤੇ ਵਰਗੀ ਘਟਨਾ ਚ ਉਥੇ ਖੁਦ ਰਾਹੁਲ ਗਾਂਧੀ ਜੀ ਚਲੇ ਗਏ ਸੀ ਇੱਥੇ ਹੁਣ ਤੱਕ ਕਿਸੇ ਨਾ ਕਿਸ ਨੂੰ ਆ ਕੇ ਬੈਠਣਾ ਚਾਹੀਦਾ ਸੀ ਨਾ ਤੇ ਦੂਸਰੀ ਗੱਲ ਇਹ ਨਹੀਂ ਮੈਂ ਕਹਿੰਦੀ ਮੈਂ ਆ ਗਈ ਮੈਂ ਤਾਂ ਔਰਤ ਹੋਣ ਦੇ ਨਾਤੇ ਮਾਂ ਹੋਣ ਦੇ ਨਾਤੇ ਮੇਰਾ ਫਰਜ਼ ਹੈ ਮੈਂ ਇੱਥੇ ਬੈਠਾਂ ਮੇਰੀਆਂ ਭੈਣਾਂ ਇੱਥੇ ਬੈਠਣ ਕਿਉਂਕਿ ਅੱਜ ਇੱਕ ਦਰਦ ਧੀ ਦਾ ਤੇ ਇੱਕ ਭੈਣ ਦਾ ਇਹੀ ਅਸੀਂ ਹੋਈ ਸਮਝ ਸਕਦੀਆਂ ਹੋਰ ਕੋਣ ਸਮਝ ਸਕਦੀ ਉਹ ਦਰਦ ਦਾ ਅਹਿਸਾਸ ਵੀ ਸਮਝ ਸਕਦੀਆਂ ਤੇ ਇਸ ਭੈਣ ਨੂੰ ਮੈਂ ਆਪਣੀ ਨੂੰ ਜਿਹੜੀ ਸਾਡੀ ਬੱਚੀ ਗਈ ਆ ਜਿਹਦਾ ਨਾਂ ਖੁਦ ਇੱਕ ਦੇਵੀ ਦੇ ਨਾਂ ਤੇ ਤੇ ਗਈ ਸੀ ਕੰਜਕਾ ਦੇ ਮੌਕੇ ਤੇ ਜਿਹੜੀ ਤਾਰ ਤਾਰ ਕੀਤੀ ਆ ਤੀਹ ਦੀ ਇੱਜ਼ਤ ਅੱਜ ਬੜੀ ਸ਼ਰਮ ਵਾਲੀ ਗੱਲ ਹੈ ਤੇ ਮੈਂ ਵਾਕਈ ਸਮਾਜ ਨੂੰ ਬੜੀ ਬੇਨਤੀ ਕਰਦੀ ਆ ਕਿ ਆਓ ਇਕੱਠੇ ਹੋ ਕੇ ਰਲ ਮਿਲ ਕੇ ਇਹ ਜੇ ਦਰਿੰਦਗੀ ਪਰ ਬੇਸ਼ੀਆ ਨੇ ਕੰਮ ਦੂ ਆਪਾਂ ਇਕੱਠੇ ਹੋ ਕੇ ਰੋਕ ਪਾਈਏ ਮੈਲੋ ਉਦਯੋਗ ਵੀ ਜਿਹੜਾ ਕੁਝ ਦਿਨ ਪਹਿਲਾਂ ਇੱਥੇ ਪਹੁੰਚਿਆ ਸੀ ਉਹਨਾਂ ਨੇ ਕਿਹਾ ਸੀ ਕਿ ਪਿੰਡ ਪਿੰਡ ਦੇ ਹਰ ਇੱਕ ਪਿੰਡ 'ਚ ਜਿਹੜਾ ਜਾਗਰੂਕ ਕਰਨ ਦੀ ਲੋੜ ਹੈ ਕਾਉਂਸਲਿੰਗ ਕਰਨ ਦੀ ਲੋੜ ਹੈ ਜਿਹੜੇ ਵੀ ਬੱਚਾ ਅਜਤੇ ਗੋਟ ਖਾਣ ਖਾਸ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਕਾਉਂਸਲ ਕਰਨ ਦੀ ਲੋੜ ਹੈ ਤਾਂ ਕਿ ਇਹਨਾਂ ਦੇ ਬੱਚਿਆਂ ਨੂੰ ਸਮਝਾ ਸਕਣ ਉਹ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਜੀ ਮੇਰੀ ਇੱਕੋ ਹੀ ਗੱਲ ਹੈ ਜਿਹਦੇ ਤੇ ਮੈਂ ਥੋੜੀ ਜੀ ਗੱਲ ਕਹੂੰਗੀ ਮਹਿਲਾ ਅਧਿయోగ ਦੇ ਵੀ ਆਪਣੇ ਐਫਰਟਸ ਕਰਨੇ ਚਾਹੀਦੇ ਆ ਉਹਨਾਂ ਨੂੰ ਪਰ ਜੇ ਇੱਕ ਕਾਮਾਰ ਕੇ ਟੰਗ ਦੋ ਮੇਰੇ ਖਲਚ ਕਾਮਾਂ ਦੀ ਕਾਂਕਾ ਖਤਮ ਹੋ ਜਾਏ ਸਰਕਾਰ ਨੇ ਫਾਸਟ ਟਰੈਕ ਦਾ ਕੇਸ ਕੋਰਟ ਬਣਾਈ ਹੋਈ ਹੈ ਵਕੀਲ ਭਟਾਤੇ ਜੱਜ ਭਟਾਤੇ ਸਾਰੇ ਬਿਠਾਤੇ ਜੇ ਆਪਾਂ ਫਾਸਟ ਟਰੈਕ ਦੇ ਕੋਰਟ ਨੂੰ 6 ਮਹੀਨੇ ਦੇ ਵਿੱਚ ਦਲੀਲ ਅਪੀਲ ਤੇ ਸਜ਼ਾ ਸਜਾ ਦੀ ਮੁੜਕੇ ਕਿਸੇ ਕਾਰਵਾਈ ਨਾ ਹੋਵੇ ਤੇ ਕਿਉਂ ਨਹੀਂ ਅਸੀਂ ਜਿਹੜਾ ਬੱਚਾ ਇੱਕ ਮੈਂ ਉਸ ਮਾਂ ਦੇ ਨਾਲ ਅੱਜ ਫੇਰ ਹੀ ਕਮਦਰਦੀ ਕਰਦੀ ਆ ਉਹਦੇ ਏਰੀਆ 'ਚ ਬੈਠ ਕੇ ਵੀ ਤੂੰ ਰਾਖਸ਼ ਨਹੀਂ ਜੰਮਿਆ ਆਣਾ ਤੂੰ ਦਰਿੰਦਾ ਨਹੀਂ ਜੰਮਿਆ ਆਣਾ ਪਰ ਤੇਰੇ ਆਲੇ-ਦੁਆਲੇ ਦੇ ਸਰਕਮਸਟੈਂਸਸ ਜਿਹੇ ਮਾੜੇ ਆ ਤੇਰੇ ਪੁੱਤ ਨੂੰ ਦਰਿੰਦਾ ਬਣਾ ਕੇ ਧਰਤਾ ਕਿੱਥੇ ਤੂੰ ਪੁੱਤ ਨੂੰ ਕਿਤੇ ਉਹ ਭਗਤ ਸਿੰਘ ਦੀ ਮਾਂ ਜਿਹੜੀ ਅੱਜ ਮਾਰਨਾ ਕਹਿੰਦੀ ਹੁੰਦੀ ਸੀ ਮੇਰਾ ਪੁੱਤ ਜੰਮਿਆ ਦੇਖੋ ਇਸ ਪੰਜਾਬ ਦੇ ਲੋਕੋ ਕਿੱਥੇ ਅੱਜ ਤੂੰ ਮੂਲ ਕੌਂਦੀ ਫਿਰਦੀ ਹੋਵੇਂਗੀ ਇਹੋ ਜਿਹੇ ਦਰਿੰਦਾ ਮੈਂ ਜੰਮਿਆ ਆ ਚੰਗਾ ਹੁੰਦਾ ਤੂੰ ਗੋਚੀ ਮਾਰ ਦਿੰਦੀ ਇਹੋ ਜਿਹੇ ਦੰਦੇ ਨੂੰ ਜੇ ਫਾਸਟ ਅਟੈਕ ਦੀ ਕੋਰਟ ਹੁੰਦੀ ਤੇ 6 ਮਹੀਨੇ ਵਿੱਚ ਅਪੀਲ ਦਲੀਲ ਤੇ ਸਜ਼ਾ ਹੋਵੇ ਸਜ਼ਾ ਚੌਂਕ ਦੇ ਵਿੱਚ ਹੋਵੇ ਕਿਵੇਂ ਇਹੋ ਜਿਹਾ ਕੁਝ ਹੋ ਜਾਊਗਾ ਬੇਸ਼ੱਕ ਅਸੀਂ ਘਰ ਘਰ ਜਾ ਕੇ ਮੈਂ ਕਰ ਦਿੰਨੀ ਇਹ ਬੀਬੀ ਨੂੰ ਸੁਚੇਤ ਬੀਬੀ ਤੂੰ ਨਾ ਆਪਣੀਆਂ ਧੀਆ ਨੂੰ ਸਮਝਾ ਕੇ ਰੱਖ ਬਾਹਰ ਨਾ ਨਿਕਲ ਕੀ ਗੱਲ ਅਸੀਂ ਧੀਆ ਕੈਦ ਕਰਨ ਨੂੰ ਰੱਖੀ ਹੋਈਆਂ ਹਾਂ ਸਾਡੀਆਂ ਧੀਆਂ ਸਮਾਜ ਦੇ ਵਿੱਚ ਖੁੱਲੀਆਂ ਨਹੀਂ ਘੁੰਮਣਗੀਆਂ ਤੀ ਭਾਵੇਂ ਕਿਸੇ ਦੀ ਨੰਗੀ ਵੀ ਜਾ ਰਹੀ ਹੈ ਸਮਾਜ ਦੇ ਦੈਸ਼ੀ ਬਰਿੰਦਿਆਂ ਦਾ ਬੈਸ਼ੀ ਦਰਿੰਦਿਆਂ ਦਾ ਮਜਾਲ ਕੀ ਪੈ ਜੇ ਉਹਦੇ ਪੈ ਲੱਖ ਚੱਕ ਕੇ ਦੇਖਣੀ ਸਾਡੀਆਂ ਧੀਆਂ ਹਮੇਸ਼ਾ ਅਸੀਂ ਪੱਲੂਆਂ 'ਚ ਖੰਭਾਂ 'ਚ ਲੁਕੋ ਕੇ ਰੱਖੀਏ ਤਾਂ ਹੀ ਸੁਰੱਖਿਆਤਾ ਇਹ ਤੀ ਅੱਜ ਇਹਦੀ ਨਹੀਂ ਹੈ ਕੋਈ ਜ਼ਰੂਰੀ ਨਹੀਂ ਹੈ ਤੀ ਅੱਜ ਅਮੀਰ ਦੀ ਹੋਵੇ ਜਾਂ ਗਰੀਬ ਦੀ ਕਿਤੇ ਵੀ ਸੁਰੱਖਿਆਤ ਨਹੀਂ ਪੰਜਾਬ ਦੇ ਹਾਲਾਤ ਕਾਨੂੰਨ ਦੇ ਐਸੇ ਬੱਤ ਤੋਂ ਬੱਤਰ ਬਣਾ ਦਿੱਤੇ ਜਾਂ ਅੱਜ ਜੇ ਲੋੜ ਕਾਨੂੰਨ ਨੂੰ ਲੋੜ ਆ ਅਪਡੇਟ ਕਰਨ ਦੀ ਅੱਜ ਲੋੜ ਆ ਫਾਸਟ ਟਰੈਕ ਨੂੰ ਅਧਿਕਾਰਾਂ ਤੇ ਕੰਮ ਕਰਨ ਦੀ ਲੋੜ ਆ ਅੱਜ ਜੇ ਲੋੜ ਆ ਧੀਆਂ ਦੀ ਆਜ਼ਾਦੀ ਦੀ ਲੋੜ ਹੈ ਜੀ ਸੋ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਪਰਿਵਾਰ ਇੱਥੇ ਪੀੜਤ ਪਰਿਵਾਰ ਨੇ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਕਿ ਇਸ ਇਹ ਹਰਕਤ ਤੁਹਾਡੇ ਬੱਚੀ ਦੇ ਨਾਲ ਹੋ ਚੁੱਕੀ ਹੋਈ ਹੈ इस तरह पता लगा मेरे को पहले मैं कपड़ा वाले मशीन लगाई है मैं गई है दुकान सौदा लेने वास्ते मेरे दोनों बच्चे खेल रहा था तो मैं आए हैं बिस्कुट लेके मैं बोले कहाँ गया छोटी कंदी मम्मी तेरे पीछे वो मुंडा आया था कंदी चीज देंगे लेके नू में लेके जाते हैं तो कहता है मैं भी नाल जाएंगे वो नू कहता है कि तू घरे रह मैं इसका बिस्कुट दे के तोड़ देंगे ये बच्चे खड़े रही गेट कूल मैं आए हैं तो मैं बोले तू खड़ी है कंदी दीदी के लेगी उधर छोटी के मैं सारे माँ पुत्र फिर पजे निकले मगर मगर तो घर एक अंदर ने बढ़े उसके घर भी गए बोला यहाँ नहीं है कोई मेरे बच्चा नहीं लाया है तेरे बहन को फिर हम सब बोले कोई गलिया में होगा छोड़ दिया होगा कोई गलियाँ ने छे सारा जलालपुर उतना देर में फिर मैं उसके बेली गई उसका पिता के फोन करे मैं बोले पूछो महाराजा मुंडे नो किधरे पुरियाँ छोड़ के आया कहंदी नहीं मेरा मुंडा ऐसे नहीं कर सकता है फिर मैं घर वापस आ रहे थे कि पीछे उसका दादा आ गया जैसे मैं पहुंचे वैसे आ गया कंदी तेरे कुरी मेरे बेली बिस्तरी जाके ले आओ तो मैं ऐसे बेकूफ़ है पहने जाके चुक लेंगे मेरे सारे पिंड मेरे वासियों सारे लबते से सारे खुलोते था जलालपुर सारे लबने लगा लोसमेंट करने लगा फिर जाके बोला लड़की को हाथ नहीं लगाना वहाँ सारे जलालपुर आ गया उसका दादा के मरने मुरने लगा फिर जाके प्रमोशन दे दिया बिहारी भाई उसके पास नौकरी नहीं रहता ना फिर वो लहास को वो गुम कर देता देता फिर नहीं लगता मेरा पिंड कोई परिवारिक रिश्तेदार उसके हाँ, पास नौकरी था हाँ वो देखने के बाद फिर इतना भंगा फोर हो वही रोहार के यहाँ एक पासे गोठ में कर दिया है वो तो देखा है प्रशासन ने आके कि कैसे यहाँ साड़ी तो वहाँ ले जाके रखा नुका दिया था छिपा दिया था बच्चे के तो फिर वो देख लिया कि ये चौक के कैसे निकला तो दोबारे मगर जाके देखा तो तो राहुल के कुड़ी है और हम लोगों का आगे जो माइक रखता है आप लोगों के दिमाग में फैसला किया जाता है मेरे को तो आपको हम पूछ रहे हैं ये फैसला क्या आ रहा है क्या होना चाहिए हम आपको पूछते हैं दोषियों को तो सजा मिलेगी क्या सजा दोषियों को जो सजा जो कानून की तो प्रति सजा है भाद वो तो बनेगी ना क्या सजा आप मुझे ये बताइए जो जो आप ये बात बोल रहे हो कि हम हम पूरे मीडिया हर जगह आपके साथ पहुंचता है पूरा मीडिया आपके पास आता है पूरा मीडिया जब आपसे बात करे तो बात वही आती कि हम भी चाहते हैं कि उन दोषियों को सजा हो जो कड़ी से कड़ी सजा कानून में आई है हाँ। कत्ल हुआ है हाँ। तो जो कानूनी सजा वो यही बनेगी आप क्या मांग करते हैं सरकार से जो आप मांग चाहते हो फांसी उसको होना चाहिए ये समाज में फिर समाज का लोग भी देखेगा पूरा बीस का आदमी देखेगा कि कैसे अन्याय हुआ अन्याय का सजा इसको मिला ऐसे आदमी के तो वही सामने में मारेगा ना तो फिर दूसरा डरेगा कि जैसे देखा उस तरह मार दिया इसका तो ऐसे यज्ञ हरकत नहीं बढ़ेगा बड़े बड़े लोग टका रखता है छः महीना साल सात साल में छोड़ा ले आता है कोई फांसी पे चढ़ जाता है किसी के छोरा ले आता है हम लोग गरीब कौन खोजेंगे काम आदमी ढूंढने जाएंगे वो तो इतना पैसा वाला है आदमी ढूंढ लेगा मैं किसका ढूंढने जाएंगे मेरा इंसाफ दिला दो। हम सरकार दि... से अपील करते हैं सारे पब्लिक से एक घंटा तीन घंटा न्यूज देखते थे देश विदेश में देखते थे कि वहाँ का माँ बाप कैसे रो रहा है वो बात मेरे घर में खुद हो गया टीवी पे बहुत देखते थे न्यूज वो बात खुद मेरे घर में हो गया ਤੁਸੀਂ ਦੇਖਿਆ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਹਤਾਸ਼ ਬੈਠਾ ਹੈ ਇਸਲੇ ਪਰਿਵਾਰਾਂ ਨੂੰ ਮਿਲਣ ਦੇ ਲਈ ਪਹਿਲੇ ਸਰਕਾਰੀ ਨੁਮਾਇੰਦੇ ਵੀ ਆਏ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਮਹਿਲਾ ਕਮਿਸ਼ਨ ਦੇ ਚੇਅਰਮੈਨ ਵੀ ਇੱਥੇ ਆਏ ਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਉਹ ਵੀ ਇੱਥੇ ਮੌਜੂਦ ਉਪਨੇਤਾ ਉਹ ਵੀ ਇੱਥੇ ਮੌਜੂਦ ਨੇ ਪਰਿਵਾਰਕ ਮੈਂਬਰਾਂ ਦੀ ਇਹੀ ਡਿਮਾਂਡ ਹੈ ਸਰਕਾਰ ਕੋਲੋਂ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੇ ਸਿੱਧੀ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਕਿ ਪਰਿਵਾਰ ਦੀ ਇਹੀ ਮੰਗ ਹੈ ਕਿ ਜਿਹੜੇ ਇਸ ਪੂਰੇ ਕਾਣ ਦੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

చురే ఛే సో అడతా